ਪਾਇਆ ਪਰਾਇਆ ਇਹ ਪਾਰਲੀਮੈਂਟ ਚ ਤੂੰ ਇਸ ਤੇ ਬੋਲਿਆ ਨਹੀਂ ਬੋਲਿਆ ਮੂੰਹ ਵੀ ਨਹੀਂ ਗਏ ਦੂਆ ਨੰਬਰ ਇਹ ਬੋਲਿਆ ਨੀ ਪੈਨ ਚ ਸਿਆਹੀ ਨੀ ਲਿਖੀ ਤੁਸੀਂ ਵਿਚਾਰਾ ਸਿਆਹੀ ਵੀ ਪਾਈਤੀ ਨਵਾਂ ਪੈਨ ਵੀ ਲਈਤਾ ਇਹਨੇ ਲਿਖਿਆ ਕਾਗਜ਼ ਹੋਰ ਸੁਣੋ ਹੁਣ ਜਿਹੜਾ ਇਹ ਜਿਹੜੀ ਆਵਾਜ਼ ਹੈ ਹੁਣ ਜਿਹੜਾ ਇਲੈਕਸ਼ਨ ਇੱਥੋਂ ਹੀ ਸਮਝ ਦੋ ਮਿੰਟ ਲਾ ਰਹੇ ਮੈਂ ਇਹ ਇਲੈਕਸ਼ਨ ਜਿਹੜਾ ਹੈ ਲੋਕ ਸਭਾ ਦਾ ਸਾਰੇ ਹੀ ਪਤਾ ਲੋਕ ਸਭਾ ਦਾ ਔਰ ਦਿੱਲੀ ਦੇ ਅੰਦਰ ਇਹ ਇੱਕ ਜ਼ਰੀਆ ਲੋਕ ਸਭਾ ਮੈਂਬਰ ਐਮ ਪੀ ਇਹ ਜ਼ਰੀਆ ਜਿਹੜਾ ਤੁਹਾਡੀ ਆਵਾਜ਼ ਦਿੱਲੀ ਪੁਜਾ ਸਕਦਾ ਦੇਸ਼ ਪੁਜਾ ਸਕਦਾ ਔਰ ਇਹਨੇ ਪੁਜਾਈ ਸਿਟੀ ਐਮ ਪੀ ਨੇ ਨਹੀਂ ਪੁਜਾਈ ਨਾ ਅਗਲੀ ਗੱਲ ਸੁਣੋ ਜਿੰਨੇ ਇਲੈਕਸ਼ਨ ਹੋਣੇ ਇਹਦੇ ਬਾਅਦ ਪੰਜ ਸਾਲ ਤੱਕ ਨੂੰ ਇਲੈਕਸ਼ਨ ਨਹੀਂ ਹੋਣਾ ਲੋਕ ਸਭਾ ਦਾ 19 ਦੇ ਬਾਅਦ ਹੀ ਵੋਟ ਪਾਉਣੇ ਤੁਹਾਡੇ ਚੇਤਾ ਰੱਖ ਲਿਆ ਪੁੱਛ ਕੁੜੀਏ ਤੂੰ ਕਿੱਥੇ ਜਾਣੀ ਹੈ ਚੌਥਾ ਚਾਂਦ ਜਾਣੀ ਇਹ ਬੋਲਣਾ ਯਾਦ ਤੱਕ ਕਿੱਥੇ ਉਨੀ ਚੌਥਾ ਚਾਂਦ ਜਾਣਾ ਦੇਸ ਰਾਜ ਕਿੱਥੇ ਜਾ ਰਹੇ ਹੋ ਸੀ ਬਾਬਾ ਠੀਕ ਹੈ ਤੇ ਮੈਂ ਤੁਸੀਂ ਸਲਾਹਦਾ 19 ਤਰੀਕ ਦੇ ਬਾਅਦ ਲੋਕ ਸਭਾ ਦੀ ਆਵਾਜ਼ ਬਣਨ ਵਾਲਾ ਬੰਦਾ ਨਹੀਂ ਲੱਭਣਾ ਇੱਕੋ ਲੱਭਣਾ ਜੇ ਬਣਾਈ ਉੜਿਆ ਤੇ ਨਹੀਂ ਬਣਾਇਆ ਤੇ ਨਹੀਂ ਅਗਲੀ ਗੱਲ ਮੈਂ ਅਗਲੀ ਗੱਲ ਸੁਣੋ ਉਹਦੇ ਬਾਅਦ ਇਲੈਕਸ਼ਨ ਹੋਣੀ ਜਿਵੇਂ ਸਰਪੰਚੇ ਦੇ ਉਹ ਪੰਚਾਇਤ ਤੱਕ ਆਵਾਜ਼ ਰਹਾਉਣੀ ਪੰਚਾਇਤ ਤੱਕ ਇਲੈਕਸ਼ਨ ਹੋਣੇ ਡੀ ਡੀ ਸੀ ਬੀ ਡੀ ਸੀ ਹੁੰਦੇ ਉੱਥੇ ਤੱਕ ਕਰਾਉਣੀ ਐਮ ਐਲ ਏ ਰਾਉਣਾ ਤੇ ਸਟੇਟ ਤੱਕ ਕਰਾਉਣੀ ਕੌਂਸਲਾਂ ਦਾ ਕਾਰਪੋਰੇਟ ਹੁੰਦੀ ਇੱਥੇ ਕਰਾਉਣੀ ਹਿੰਦੁਸਤਾਨ 'ਚ ਆਵਾਜ਼ ਪੁਜਾਉਣ ਦੇ ਦਿਨ ਅੱਜ ਹੀ ਹੈ ਗੱਲ ਸਮਝੀ ਆਈ ਮੇਰੀ ਰੌਲਕਿਆਂ ਵਾਲੇ ਆਈ ਚੱਲਦਾ ਰਹੋ ਆਈ ਨਹੀਂ ਆਈ ਜਾਂ ਭੰਡਾਰ ਵਾਲੀ ਆਈ ਹੈ ਜਾਂ ਤੌਲਕੇ ਵਾਲੀ ਆਈ ਹੈ ਖੱਦਰ ਭੰਡਾਰ ਵਾਲੀ ਆਈ ਹੈ ਡੰਡੀ ਘੁੱਟੂ ਵਾਲੀ ਆਈ ਹੈ ਠੀਕ ਹੈ ਜਾਂ ਤੁਹਾਡੇ ਲੋਹਾਂ ਗਲੇ ਵੀ ਆਦਮੀ ਲੋਹਾਂ ਦਾ ਕੋਲ ਇੱਥੇ ਲੋਹਾਂ ਦਾ ਕੋਲ ਆਉਂਦਾ ਇੱਥੇ ਸ਼ੇਰ ਕੋਲ ਸਾਰੇ ਕੀ ਹੁੰਦੇ ਲੋਹਾਂ ਦੇ ਬਾਕੀ ਹੋਰ ਵੀ ਹੈ ਲੋਹਾਂ ਵਾਲੇ ਇੱਥੇ ਖੜੇ ਕਰੋ ਸ਼ਾਬਾਸ਼ ਬਾਹਰ 30-40 ਬੰਦੇ ਆਏ ਬਹੁਤ ਅੱਛਾ ਔਰ ਠੱਕਰ ਦੇ ਬੰਦੇ ਕਿੰਨੇ ਆਏ ਠੱਕਰ ਦੇ ਅੱਛਾ ਬਾਸ ਤਮਾਂ ਆਉਂਦੇ ਕਿੰਨੇ ਆਏ ਤੇ ਜਿਹੜੇ ਨਹੀਂ ਆਏ ਤੇ ਉਹਦਾ ਕੀ ਬਣ ਕੇ ਬਣਾ ਹੈ ਗੱਲ ਕੀ ਸਮਝੀ ਲਓ ਚੌਧਰੀ ਸਾਹਿਬ ਚੌਧਰੀ ਕੇ ਚੌਧਰੀ ਮਿਲੇ ਕਰਕੇ ਲੰਬੇ ਹਾਥ ਮੌਜਾ ਮਾਰੇ ਚੌਧਰੀ ਆਇਆ ਤੇਰਾ ਮੌਜਾ ਮਾਰੀ ਬੱਕਰਵਾਲ ਦੀ ਉਹਨੂੰ ਨਹੀਂ ਵਿਕੀ 14 ਸਾਲ ਦੀ 10 ਸਾਲ ਦੀ 10 ਸਾਲ ਦੀ ਉਹਨੂੰ ਨਹੀਂ ਮਿਲੀ ਇਹ ਕਿਸੇ ਐਮ ਪੀ ਪਤਾ ਹੈ ਵੀ ਬੱਕਰਵਾਲ ਦੀ ਉਹਨੂੰ ਨਹੀਂ ਵਿਕੀ ਉਹਨੂੰ ਪਿੱਟੂ ਹਰ 6 ਮਹੀਨੇ ਬਾਅਦ ਮੁੰਨੀਆ ਦਾ ਤੇ ਰੱਖੀ ਆ ਮੁੰਨੀਆ ਦਾ ਰੱਖੀ ਆ ਪਰ ਫਿਕਾ ਸੀ ਸੜੀ ਹੋਈ ਵਿਚਾਰੇ ਦੀ ਪਿੱਟੇਗੀ ਨਾ ਲੂਣ ਲੂਣ ਜ਼ਿਆਦਾ ਨਾ ਵੈਕਸੀਨੇਸ਼ਨ ਚਲਾ ਦੀ ਇਸ ਕਰੀਏ ਤੁਹਾਡੀ ਉਨ ਵੀ ਵਿਕੇਗੀ ਔਰ ਜਿਹਦੀ ਜ਼ਮੀਨ ਖੋਤੀ ਦੀ ਹੈ ਸੁਣੋ ਜਿਤਨੇ ਬਾਹ ਆਪਣੀ ਜ਼ਮੀਨਾਂ ਬਾਹ ਰਹੋ ਮੈਂ ਦੇਖਣਾ ਕਿਹੜਾ ਪੁੱਤਰ ਟਕਰਦਾ ਪਈ ਜਿਹੜੀਆਂ ਕੰਪਨੀਆਂ ਕੰਮ ਕਰਨਗੀਆਂ ਇਸ ਇਲਾਕੇ 'ਚ ਪਹਿਲੇ ਬੰਦੇ ਲੱਗਣਗੇ ਸਾੜੇ ਜੇ ਬਜੀਆ ਕੰਮ ਦੇ ਦੇ ਕੇ ਕੁਸੇ ਗੱਲ ਯਾਦ ਰੱਖਿਓ
ਮੈਂ ਇੱਕ ਇੱਕ ਚੀਜ਼ ਚੈੱਕ ਕਰਾਂਗਾ। ਔਰ ਜਿਹੜਾ ਰੇਤ ਬਜਰੀ ਤੁਸੀਂ ਉਂਗਲੀ ਲਾਣ ਦਿਆ ਦੇ ਇਹਦੇ ਪੱਪੇ ਵਾਲੀ ਹੈ ਜੇ ਬਣੀ ਨਹੀਂ ਹੈ ਬਣੀ ਰੇਤ ਇਹ ਸੇਵਾ ਕੁਦਾ ਹੈ ਸਾਰਾ ਸੇਵਾ ਤੇ ਲੋਕ ਸੇਵਾ ਲਈ ਆ ਦੇ ਕਮਾਲ ਹੋਈ ਆ ਇਸ ਕਰੀਏ ਜਨਾਬ ਸਾਰੇ ਗਾਂ ਸਾਰੇ ਲੋਕ ਕਿੱਥੇ ਰਹੋ ਬਸ ਭਾਈਚਾਰੇ 'ਚ ਵਿਚਾਰਾ ਦਰਾਰ ਨਹੀਂ ਆਉਣੀ ਚਾਹੀਦੀ ਮੈਂ ਆਈ ਜਾਂ ਤੁਸੀਂ ਕੀ ਪ੍ਰੋਬਲਮ ਬਿਲਕੁਲ ਨਹੀਂ ਆਉਣੀ ਚਾਹੀਦੀ ਸਾਰੇ ਚੁਨਾਈਟ ਰਹੋ ਔਰ ਦੱਸੋ ਕਿ ਬਣੀ ਇੱਕ ਹੈ ਕੋਈ ਵੋਟ ਨਹੀਂ ਆਖੇ ਪਰਸੈਂਟੇਜ ਸਾਰੇ ਵੋਟ ਵੀ ਕੀ ਪਾਉਣੇ ਹੋਰ ਨਹੀਂ ਕਿਸੇ ਪਾਵੇ ਸਹਾਇਤਾ ਹੀ ਇਹ ਗੱਲ ਸੀਰੀਅਸ ਹੀ ਹੋ ਜੇ ਵੋਟ ਕਿਸੇ ਪਹਿਲੇ ਪਾਏ 10 ਸਾਲ ਕੀ ਲੱਭਾ ਹੁਣ ਤੁਸੀਂ ਪਾਗੇ ਤੇ ਕਿਵੇਂ ਬਚ ਗਏ ਤੁਸੀਂ ਇਹ ਗੱਲ ਸੁਣੀ ਵੀ ਵਿਆਹ ਬਣੇ ਨੂੰ 19 ਭਰਾ ਮੇਰੇ ਉਹ ਸਾਡਾ ਵੀ ਵਿਆਹ 19 ਮੈਂ ਤਾਂ ਸਾਡੇ ਲੰਗਣ ਸੁਝਾਈ ਵੀੜੋ ਤੇ ਫਿਰ ਕੰਮ ਗਿਆ ਇਹ ਗੱਲ ਚੇਤਾ ਰੱਖਿਓ ਇਹ ਜਿਹੜਾ ਲਗਣ ਹੈ ਨਾ ਇਹ 5 ਸਾਲ ਤੁਹਾਨੂੰ ਪੂਰਾ ਫਾਇਦਾ ਦੇਗਾ ਤੇ ਨਹੀਂ ਤਾਂ ਜਿਹੜਾ 10 ਸਾਲ ਧੂਮ ਚੜਿਆ ਨਾ ਸਾਰੇ ਦੇਸ਼ 'ਚ ਮੁਖੀ ਕਿ ਮੁਕੀ ਹੈ ਕਰੋਨਾ ਪੂਰੇ ਦੇਸ਼ 'ਚ ਮੁਕੀ ਹੈ ਲਖਨਪੁਰ ਨਹੀਂ ਮੁੱਕਾ ਮੁੱਕਾ ਲਖਨਪੁਰ ਦਵਾਈ ਨਹੀਂ ਮੁੱਕੀ ਆਖੇ ਮੇਰੀ ਪਹਿਲੇ ਦਵਾਈ ਲਵਾਓ ਸਾਰੀ ਫਿਰ ਹੀ ਕਰੋਨਾ ਮੁੱਕਦਾ ਕਮਾਲ ਹੈ ਇੰਨੀ ਬਾਤਵਾ ਦਿੰਦੇ ਅਸੀਂ ਹੁਣ ਤੁਸੀਂ ਕੀ ਦਿਆ ਦੇ ਬੈਗ ਕਿੱਟ ਦਵਾਈਆਂ ਵਾਲਾ ਇਹ ਪੈਰਾਸੀਟ ਦਾ ਪੱਤਾ ਮੱਲੇ ਵਾਲੀ ਟਿਊਬ ਤੇ ਲੱਤ ਤੁਹਾਡੀ ਟੁੱਟੇ ਸਾੜੀ ਕੀ ਟੁੱਟਿਆ ਬਾਈ ਬਿਮਾਰ ਤੁਸੀਂ ਹੋ ਅਸੀਂ ਕੀ ਹੋਈਏ ਬਾਈ ਦੇਣਾ ਨੌਕਰੀ ਦਿਓ ਕਾਰੋਬਾਰ ਦਿਓ ਕਿਹ ਦਿਆ ਦਿਓ ਉਹ ਵੀ ਪਗਾਨੇ ਖਾਲੇ ਕੁਦੇ ਵਾਲਾ ਮੰਗੀ ਦੀਆਂ ਉਹਨਾਂ ਇੰਨੀਆਂ ਪੱਪੀਆਂ ਨਹੀਂ ਗਏ ਵੀ ਪਤਾ ਕੁੱਥੋਂ ਦਿੱਤੀ ਜਾਣਾ ਇਹਨਾਂ ਢਾਏ ਦੇ ਵੱਡੇ ਵੱਡੇ ਬੰਦੇ ਜਿਹਦੇ ਇਹਨਾਂ ਕੰਮ ਨਜਾਇ ਕੀਤੇ ਦੇਣਾ ਉਹਦਾ ਪੈਸਾ ਲੱਗਦਾ ਨਹੀਂ ਜਗ੍ਹਾ ਤੇ ਮੈਂ ਜਨਾਬ ਸਾਰੇ ਗਲਾਂ ਜ਼ਮੀਨਾਂ ਚਲੀ ਆ 12ਵੀਂ ਦਾ ਬੱਚਾ 13ਵੀਂ ਦਾਖਲ ਨਹੀਂ ਹੋ ਸਕਦਾ MSc BEd ਔਰ BSc BEd MA BEd BA BEd ਬੰਦਾ ਟੀਚਰ ਨਹੀਂ ਲੱਗ ਸਕਦਾ ਰੈਬਰੇ ਤਲੀਮ ਖਤਮ ਸਕੀਮ ਖਤਮ ਔਰ ਸਾਰੀਆਂ ਹੁਣ ਜਿਹੜੀ ਨੌਕਰੀ ਹੋਣੀ ਨਾ ਤੁਹਾਡੀ ਅੱਬਰ ਤੱਕ ਆਉਣੀ ਨਹੀਂ ਆਈ ਤੇ ਫਿਰ ਕੀ ਹੋਣਾ ਪੂਰੇ ਦੇਸ਼ ਕੰਨੇ ਇੰਟਰਵਿਊ ਹੋਣਾ ਤੁਹਾਡਾ ਪੂਰੇ ਮੁਲਕ ਕੰਨੇ ਤੁਸੀਂ ਫਿਰ ਇੱਥੇ ਮਾਸਟਰ ਲੱਗੀ ਆ ਨਾ ਤੇ ਨਹੀਂ ਲੱਗਣਾ ਤੇ ਲਾਲ ਸਿੰਘ ਦਾ ਚੇਤਾ ਰੱਖ ਲਓ ਅਸੀਂ ਬੜੀ ਮੁਸ਼ਕਿਲਾਂ ਲੜੀਏ ਅਸੀਂ ਬੜੇ ਮੁਸ਼ਕਿਲਾਂ ਲੜੀਏ ਐਜ਼ ਏ MLA ਇਹ ਸਕੀਮ ਲਿਆਂਦੀ ਸੀ ਸਾਡੇ ਸਕੂਲਾਂ 'ਚ 12 ਦਾ ਟੀਚਰ ਨਹੀਂ ਜਾਂਦਾ ਹੁੰਦਾ ਆਪਣੇ ਜ਼ਿਲ੍ਹੇ ਦਾ ਸ਼ਹਿਰ ਦਾ ਟੀਚਰ ਨਹੀਂ ਜਾਂਦਾ ਫਿਰ ਉਹ ਸਕੀਮ ਬਣਾਈ ਵੀ ਗ੍ਰਾਂ ਦੇ ਅੰਦਰ ਟੀਚਰ ਗ੍ਰਾਂ ਦੀ ਪੋਸਟ ਗ੍ਰਾਂ ਹੀ ਮਿਲਣੀ ਚਾਹੀਦੀ ਅੱਜ ਗ੍ਰਾਂ ਲਈ ਚੀਜ਼ਾਂ ਖੁੱਲੀਆਂ ਤੁਸੀਂ 80-90% ਗ੍ਰਾਂਈ ਲਓ ਪੈਸੇ ਬਣੀ ਸਾਰੇ ਗ੍ਰਾਂਈ ਹੈ ਸ਼ਹਿਰ ਕੁਛ ਹੈ ਸ਼ਹਿਰ ਕਿ ਜੰਮੂ ਹੋ ਕਠੂਆ ਵੀ ਪਿੰਡ ਹੀ ਆ ਕਿ ਵੱਡਾ ਗ੍ਰਾਂ ਹੋ ਇਸ ਕਰੀਏ ਜਨਾਬ ਸਾਰੇ ਗ੍ਰਾਂ ਚਾਹੁੰਦਾ ਸਾਰੇ ਲੋਕ ਇੱਕ ਤਾਂ ਇੱਕ ਰਹਾਉਣਾ 19 ਤਰੀਕ ਸ਼ਾਦੀ ਜ਼ਰੂਰ ਲਵਾਓ ਲਾੜੀ ਦਾ ਬੋਲ ਕੁੱਥੋਂ ਹੈ ਤੁਸੀਂ ਉੱਥੇ ਪਵੋ ਮੈਂ ਸੋਚਿਆ ਲਾੜੀ ਆਈ ਇੱਥੇ ਭੇਜਣੀ ਨਹੀਂ ਭੇਜਣੀ ਤੇ ਬੋਰਡ ਪਾਉਣਾ ਨਹੀਂ 19 ਤਾਂ ਫਾਇਦਾ ਕੀ ਹੋਇਆ ਕੰਨੇ ਲਈ ਜਾਣਾ ਬੋਰਡ ਪਾਉਣੇ ਲਈ ਜਾਣਾ ਲਾੜੀ ਲਾੜਾ ਜਾ ਦੇ ਕਿੰਨਾ ਫਿਕਰ ਹੈ ਲਾਲ ਸਿੰਘ ਦਾ
ਕਿੰਨਾ ਫਿਕਰ ਹੈ ਡੰਡੀਕੁੱਟ ਦਾ, ਕਿੰਨਾ ਫਿਕਰ ਹੈ ਕਿਸੇ ਦਾ ਬਰੀ ਦਾ, ਕਿੰਨਾ ਫਿਕਰ ਹੈ ਤੁਸੀਂ? ਅਗਰ ਵੋਟ ਚਾਇਆ ਕਰਦੇ ਹੋ, ਪਰਸੈਂਟੇਜ ਨਹੀਂ ਕਢਾਇਓ, ਬਿਲਕੁਲ ਨਹੀਂ ਕਢਾਇਓ। ਜਿੰਨੀ ਜ਼ਿਆਦਾ ਪਰਸੈਂਟੇਜ ਹੋਊਗਾ, ਸਮਝੋ ਇਹ ਵੋਟ ਤੁਸੀਂ ਹੀ ਪਵਾਲਾ। ਗੱਲ ਯਾਦ ਰੱਖਿਓ ਮੇਰੀ। ਹੋਰ ਸੁਣੋ, ਮੇਰੀ ਕਦੇ ਖਬਰ ਨਹੀਂ ਆਉਂਦੀ। ਅੱਜ ਵੀ ਮੈਂ ਬੜਾ ਵੱਡਾ ਜਲਸਾ ਕੀਤਾ, ਹਰ ਘਰ ਤੋੜ ਦੇਖਿਆ ਵੀ ਅੱਜ ਤੁਸੀਂ ਮੇਰੇ ਇੰਸਟਾਗ੍ਰਾਮ ਵਾਲੇ ਨੇ ਦੇਖਿਆ ਹੋਣਾ, ਪੁੱਤਰਾ ਮੇਰੇ ਨਿੱਕੇ ਮੁੰਡਿਆਂ ਸਾਰਿਆ, ਇਹ ਮੇਰੇ ਬੱਚੇ ਨੇ ਜ਼ਰੂਰ ਦੇਖਦੇ ਨੇ। ਮੇਰਾ ਟੀਵੀ ਕੌਣ ਹੈ? ਯੰਗ ਮੁੰਡੇ, ਜਵਾਨ ਬੱਚੇ, ਇਹ ਮੇਰਾ ਵੱਡਾ ਟੀਵੀ, ਇਹ ਮੇਰਾ ਕਲਰਫੁੱਲ ਟੀਵੀ ਹੈ ਵੱਡਾ। ਇਹਦੇ ਸਾਰਾ ਕੁਛ ਲੋਕ ਦੱਸਦੇ, ਔਰ ਕੋਈ ਫਾਲਤੂ ਨਹੀਂ ਬੋਲ ਦਿੰਦੇ, ਕੁਛ ਕੋਈ ਬੋਲਿਆ ਨਹੀਂ, ਦਿਨ ਢਾਇਆ ਨਹੀਂ, ਠੀਕ ਹੈ। ਉਹਨੇ ਦੋ ਤਿੰਨ ਦਿਨ ਪਖਾਈ ਰੱਖੇ, ਉਨੀ ਤੱਕਰ ਬੋਰਡ ਬਾਰਡ ਪਵਾਈਏ ਨਾ, ਫਿਰ ਜੋ ਕਰਨਾ ਫਿਰ ਕਰ, ਫਿਰ ਦੁਬਾਰਾ ਕਰ ਗਏ, ਠੀਕ ਹੈ। ਮੈਂ ਤੁਹਾਡੇ ਕੋਲ ਆਂਗ ਜੀਤੀ, ਆਂਗ ਮੈਂ ਆਪੇ ਆਂਗ ਜੀਤੀ ਹੈ, ਔਰ ਤੁਹਾਡੀਆਂ ਸਾਰੇ ਦੀ ਗੱਲਾਂ ਸੁਣਗਾ। ਜਿਸ ਦਰਖਾਸਤ ਪਰ ਨਹੀਂ ਲਿਖੋਇਆ ਮੈਂ ਲਿਖ, ਮੇਰਾ ਪੈਨ ਚੱਲਦਾ, ਮੇਰਾ ਪੈਨ ਵੀ ਚੱਲਦਾ, ਮੇਰਾ ਦਿਮਾਗ ਵੀ ਚੱਲਦਾ, ਕਿਉਂਕਿ ਵੋਟ ਤੁਸੀਂ ਦਿਓ। ਤੁਸੀਂ ਲੋਕਾਂ ਮੇਰੇ ਕਹਿੰਦੇ ਕਿਹੜੇ ਮੌਕੇ ਮਦਦ ਕੀਤੀ ਹੈ, ਤੁਸੀਂ ਨਹੀਂ ਪਤਾ ਮੈਂ ਕਿੰਨਾ ਖੁਸ਼ ਹਾਂ ਤੁਹਾਡੇ ਕੋਲ, ਤੁਸੀਂ ਸੋਚ ਹੀ ਨਹੀਂ ਸਕਦੇ ਮੇਰੇ ਕਿੰਨੇ ਹਾਲਾਤ ਖਰਾਬ ਚਲਾ ਦੇਣ, ਮੇਰੇ ਪਰ ਕਿੰਨੇ ਜ਼ੁਲਮ ਉਸਤਮ ਹੋਆ ਦੇਣ। ਅਸੀਂ ਚਾਹਣ ਤੁਹਾਨੂੰ ਸਾਡੇ ਸਿੱਖ ਕਿੰਨਾ ਮੁਸ਼ਕਿਲ ਹੈ, ਕੱਲ ਬਸੋਲੀ ਚਾਹ ਨਹੀਂ ਤੁਹਾਡੇ ਦਿੱਤਾ ਕੱਲ, ਔਰ ਕਿਉਂਕਿ ਰਾਜਨਾਥ ਸਿੰਘ ਆਏ ਦੇ ਇਲੈਕਸ਼ਨ ਮੈਂ ਲੜਾਂ, ਮੈਂ ਨਹੀਂ ਚਾਹ ਤੁਹਾਰਨਾ, ਤੁਹਾਡਾ 20 ਦਿਨ ਪਹਿਲੇ ਉਤਰਿਆ, ਮੈਂ ਤਾਂ 7 ਦਿਨ ਹੀ ਹੋਏ ਨਾ, 7 ਦਿਨ ਪਾਗਲ ਹੋਈ, ਪਾਗਲ ਹੋਈ ਨੇ ਮੈਂ ਵੀ ਆਪਣੇ ਜੁਗਾੜ ਕਰ ਲਿਆ ਜੱਜ ਦਾ, ਇਹ ਕਿਉਂ ਸੋਚਦੇ ਵੀ ਅਸੀਂ ਘੱਟ ਹੈ, ਅਸੀਂ ਵੀ ਜੁਗਾੜ ਕਰ ਲਿਆ। ਹੁਣ ਇਹਨੇ ਕੀ ਤਕਲੀਫ ਹੋਆ ਦੀ, ਹੁਣ ਨਹੀਂ ਉੱਡਣਾ, ਠਹਿਰੀਏ ਉੱਡਣਾ, ਨਹੀਂ ਉੱਡਣਾ, ਕਮਾਲ ਹੈ ਯਾਰ। ਜਾਂ ਇਹਨੇ ਉੱਡਣਾ ਨਹੀਂ ਤਾਂ ਕਦੋਂ ਉੱਡਣਾ? ਤੁਹਾਨੂੰ ਮੈਂ ਦਵਾਈ ਤੋੜੇ ਦਾ, ਹੁਣ ਵੀ ਉੱਡਣ ਦੇ ਦਿਓ ਯਾਰ, ਹੈਂ। ਅਤੇ ਮੇਰੀ ਜਨਾਬ ਸਾਰਿਆਂ ਅੱਗੇ ਬੇਨਤੀ ਹੈ, ਸਮੇਂ ਘੱਟ ਹੈ, ਲੇਕਿਨ ਪਲੀਜ਼ ਅੱਜ ਜੋੜੀਏ ਬੇਨਤੀ ਹੈ, ਕੋਈ BJP ਵਾਲਾ ਵੀ BJP ਕੀ ਵੋਟ ਨਹੀਂ ਪਾ, ਕੋਈ ਵਿਆਹ ਥੋੜ੍ਹਾ ਕੀਤਾ ਤੁਸੀਂ ਲਾੜੀ ਨਹੀਂ ਛੁੱਟ, ਹੈਂ, ਲਾੜੀ ਨਹੀਂ ਛੁੜਕਦੀ, ਅਸੂਲ ਦੀ ਗੱਲ ਹੈ, ਪ੍ਰਿੰਸੀਪਲ। ਤੁਹਾਡਾ ਨੁਕਸਾਨ ਹੋਇਆ ਹੈ, ਹੋਰ ਤੁਹਾਡਾ 10 ਸਾਲ ਨੁਕਸਾਨ ਹੋਇਆ, 30 ਸਾਲ ਦਾ ਬੱਚਾ 40 ਸਾਲ ਦਾ ਹੋਇਆ, MSc BEd ਵਾਲਾ, ਸਾਰੀ ਜ਼ਿੰਦਗੀ ਉਹਨੂੰ ਸੀ ਨੌਕਰੀ ਨਹੀਂ ਮਿਲਣੀ। ਹਾਂ, ਇਹ ਜਿੱਤਣੇ ਬਾਅਦ ਅਗਲੀ ਸਰਕਾਰ ਫਿਰ ਅਸੀਂ ਬਣਾਉਣੀ ਹੈ, ਜੇ ਬਣ ਗਈ ਫਿਰ ਮੈਂ ਲੜਕਾ ਆਪਣੀ ਸਰਕਾਰ ਕਹਿੰਦਾ ਕਿ ਜਿਹੜਾ 40 ਦਾ ਹੋਇਆ MSc BEd MA BEd ਉਸੀ ਦੁਬਾਰਾ ਨੌਕਰ ਕਰੋ, ਮਾਸਟਰ ਲਾਓ ਟੀਚਰ ਲਾ। ਔਰ ਜਿਹਨੇ BDC ਵਾਲੇ ਦੇ ਨੁਕਸਾਨ ਕੀਤੇ ਉਹਦੀ ਪਾਈ ਪਾਈ ਦਾ ਸਾਫ ਹੋ, ਜਿੰਨਾ ਨੁਕਸਾਨ SPO ਦਾ ਨੁਕਸਾਨ ਵਾਪਸ ਹੋ, ਜਿੰਨੇ ਨੁਕਸਾਨ ਸਾਡੇ ਗਰੀਬ ਮਜ਼ਲੂਮ ਉਸ ਮਜ਼ਦੂਰ ਕਿਸਾਨ ਦੇ ਹੋਏ ਪੂਰਾ ਸਾਫ ਹੋ, ਜਿੰਨਾ ਨੌਜਵਾਨਾਂ ਦਾ ਨੁਕਸਾਨ ਕੀਤਾ ਇੱਕ ਸਾਫ ਹੋ। ਲੇਕਿਨ ਉਹਦੇ ਲਈ ਵੱਡਾ ਸਾਫ ਕੀ ਹੈ, 19 ਤਰੀਕ ਹੀ ਭਾਵੇਂ ਜਿੰਨੀ ਮਰਜ਼ੀ ਉਸ ਦਿਨ ਪੀਣੀ ਨਹੀਂ, ਹੈ ਵਿਆਹ ਵਿੱਚ ਪਲੋਈ ਜਾਂਦੀ ਹੈ, ਵਿਆਹ ਵਿੱਚ ਖੇਲੋ ਵਾਸਤੇ ਪਲੋਈ ਜਾਂਦੀ ਹੈ, ਮੈਂ ਤਾਂ ਹਾਲੇ ਕਦੇ ਪੀਤੀ ਨਹੀਂ। ਇੱਕ ਬੰਦਾ ਸ਼ਰਾਬੀ 'ਤੇ ਗੱਲ ਕਰੇ, ਮੈਂ ਯਾਰ ਠਹਿਰੇ ਪੀ ਲੈਣ 'ਤੇ ਵੀ ਗੱਲ ਕਰਨਾ ਕਿਤੇ, ਤੂੰ ਪੀ ਲੈਂਦੀ ਹੈ। ਅਤੇ ਮੇਰੀ ਜਨਾਬ ਸਾਰਿਆਂ ਅੱਗੇ ਬੇਨਤੀ ਹੈ, ਕੋਈ ਗੱਲ ਨਹੀਂ ਬਣਾਂਗੇ, 500 ਹੈ ਨਾ ਤੇਰਾ, 1200 ਇਹਦਾ ਬੋਲ, ਮਿਲੇਗਾ ਕਰੋੜ ਰੋਡ, ਚੇਤਾ ਰੱਖਿਆ ਬਾਈ, ਦੇਸਰਾ ਚੇਤਾ ਰੱਖਿਆ,
ਤੂੰ ਪਰਵਾਹ ਨੀ ਕਰ, ਪਰ ਇਹ 288 ਠੇਕੇ ਸ਼ਰਾਬੇ ਦੇ ਨਾ ਤੇ 100 ਵਾਲਾ ਤੂੰ ਪਿਆਲ ਬਣਿਆ। ਇਹਨਾਂ 100 ਠੇਕੇ ਹੋਰ ਸ਼ਰਾਬੇ ਦੇ ਖੋਲੇ, ਇਹਨੇ ਵੀ ਲਾ ਲੈਂਦੀ ਮਾੜੀ, ਇਹ ਮੇਰੇ ਸਾਹਮਣੇ ਮੋਹ ਛੱਡਦਾ ਮੈਂ ਜਾਣਦਾ ਨਹੀਂ।